ਪਾਗਲ ਬੰਦਾ ਯਾਰ ਦੱਸ ਰਿਹਾ ਕੀ ਹੋ ਜਾਂਦਾ ਦੱਸਣ ਪੈਦਲ ਵੀ ਅਸੀਂ ਜਾ ਨਹੀਂ ਸਕਦੇ ਯਾਰ ਤੇ ਮੈਂ ਤੇਰੇ ਚ ਬਾਹਰ ਜ ਮਾਰ ਦੇਣਾ ਯਾਰ ਕਰ ਕਰ ਮੈਂ ਤੈਨੂੰ ਵੀ ਆ ਗਿਆ ਸੋ ले फिर आ गए रुको जरा सबर करो वैसे पूछ नहीं कार जा रहे हैं क्यों कार किधर है हां घर ही केड़ी जगह है अथ हां जी घर है अच्छा अच्छा ते किधर आ रहे किधर आ रहे क्यों की हो यार वैसे पूछ नहीं वैसे पूछ पागल बंदा है यार की हो जाना ऐसा नहीं भाई की हो जाना वैसे पूछ नहीं यार ऐसे पागल बंदे ਉਹ ਨਹੀਂ ਯਾਰ ਭਾਵੇਂ ਯਾਰ ਕਮਲਾ ਹੋ ਗਿਆ ਦਰਅਸਲ ਅਸੀਂ ਆ ਗਏ ਨਾ ਅਸੀਂ ਯਾਰ ਜਾਣਾ ਹੈ ਇੱਧਰ ਬਹਾਵਲ ਨਗਰ ਵਾਲੀ ਸਾਈਡ ਤੇ ਤੇ ਸਾਡੀ ਮੋਟਰਸਾਈਕਲ ਉੱਥੇ ਪਿੱਛੇ ਖਰਾਬ ਹੋ ਗਈ ਹੈ ਤੇ ਅਸੀਂ ਸੋਚ ਰਹੇ ਸੀ ਕਿ ਸਾਨੂੰ ਕੋਈ ਕਨਵੇਸ ਮਿਲ ਜੇ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਮਿਲ ਜੇ ਤੇ ਕੋਈ ਹੋ ਸਕਦਾ ਨਹੀਂ ਪਤਾ ਮੈਨੂੰ ਆ ਸ਼ਾਇਦ ਆ ਜਾਵੇ ਯਾਰ ਐਕਚੁਅਲੀ ਨਾ ਅਸੀਂ ਇਸ ਇਲਾਕੇ ਦੇ ਹੈ ਨਹੀਂ ਤੇ ਬੜਾ ਮਸਲਾ ਹੋ ਰਿਹਾ ਸਾਡੇ ਵਾਸਤੇ ਤੇ ਸਾਡੀ ਬਾਈਕ ਖਰਾਬ ਹੋ ਗਈ ਅੱਲਾ ਸਹੀ ਕਰੇਗਾ ਇਹ ਕੋਈ ਸਭੇ ਗੱਲ ਸੁਣਾਓ ਕਿ ਗੱਲ ਸੁਣਾਓ ਗੱਲ ਸੁਣਾਓ ਯਾਰ ਕੋ ਸਾਨੂੰ ਅੱਗੇ ਪਿੱਛੇ ਤਾਂ ਦੱਸ ਦਿਓ ਕੋਈ ਇੱਥੋਂ ਕੋਈ ਰਕਸ਼ਾ ਜਾਂਦਾ ਹੋਏ ਜਾਂ ਕੋਈ ਗੱਡੀ ਛੱਡੀ ਜਾਂਦੀ ਹੈ ਕੋਈ ਹੋ ਸਕਦੀ ਕੋਈ ਰੇਂਜ ਪਤਾ ਨਹੀਂ ਯਾਰ ਤੁਸੀਂ ਇੱਥੇ ਤੇ ਰਹਿ ਰਹੇ ਹੋ ਤੁਹਾਨੂੰ ਇਹ ਨਹੀਂ ਪਤਾ ਯਾਰ ਭਾਈ ਯਾਰ ਹੁਣ ਤਾਂ ਬਾਈ ਕਹਿ ਰਿਹਾ ਸੀ ਮੈਂ ਇੱਥੇ ਰਹਿਣਾ ਇੱਥੇ ਆਈ ਮੇਰਾ ਘਰ ਹੈ ਹੁਣ ਤੁਸੀਂ ਕਹਿ ਰਹੇ ਹੋ ਕਿ ਪਤਾ ਹੀ ਨਹੀਂ ਹੈ ਤੁਹਾਡੀ ਬਾਈਕ ਹੈ ਬਾਈਕ ਹੈ ਤੁਹਾਡੀ ਨਹੀਂ ਯਾਰ ਕੋਈ ਦੋਸਤ ਹੈ ਤੇ ਸਾਨੂੰ ਯਾਰ ਬਹਾਵਲ ਨਗਰ ਤੱਕ ਡ੍ਰੌਪ ਕਰ ਦਿਓ ਯਾਰ ਯਾਰ ਕਿਸੇ ਦੋਸਤ ਦੀ ਮੰਗ ਕੇ ਸਾਨੂੰ ਛੱਡ ਦੇ ਯਾਰ ਯਾਰ ਅਸੀਂ ਬਗਾਨੇ ਇਲਾਕੇ 'ਚ ਆ ਗਏ ਹਾਂ ਤੇ ਸਾਡੇ ਵਾਸਤੇ ਬੜੀ ਮੁਸ਼ਕਿਲ ਹੋ ਰਹੀ ਹੈ ਤੇ ਅੱਲਾ ਆਸਾਨ ਕਰੇਗਾ ਯਾਰ ਅੱਲਾ ਤੇ ਆਸਾਨ ਕਰ ਹੀ ਦੇਣਾ ਯਾਰ ਇੱਥੇ ਅਸੀਂ ਤਕਰੀਬਨ 10-12 ਬੰਦੇ ਨੂੰ ਰੋਕਿਆ ਤੇ ਸਾਡੀ ਕਿਸੇ ਹੈਲਪ ਨਹੀਂ ਕੀਤੀ ਹੈ ਤੇ ਪੈਦਲ ਵੀ ਨਹੀਂ ਜਾਣ ਸਕਦੇ ਯਾਰ ਤੇ ਬੜਾ ਮਸਲਾ ਕੋਈ ਹੋ ਸਕਦਾ ਭਰਾ ਤੇ ਕਰ ਦਿਓ ਯਾਰ ਨਹੀਂ ਆ ਬਾਈ ਯਾਰ ਗੁੱਸਾ ਕੇ ਬਾਈਕ ਆਵੇ ਕੋਈ ਬਾਈਕ ਸਹੀ ਕਹਿ ਆਵੇ ਤੇ ਲੈ ਆ ਯਾਰ ਭਾਈ ਕੋਈ ਕਨਵੇਸ ਹੈ ਤੇ ਲਿਆਓ ਯਾਰ ਭਾਈ ਨਹੀਂ ਹੈ ਯਾਰ ਤੂੰ ਯਾਰ ਕੋਈ ਆਈਡੀਆ ਹੀ ਦੇ ਦਿਓ ਭਾਈ ਇੱਕ ਸੈਕਿੰਡ ਆ ਤੁਸੀਂ ਯਾਰ ਅਸੀਂ ਪ੍ਰੈਂਕ ਕਰ ਰਹੇ ਹਾਂ ਤੇ ਇਸ ਵਜ੍ਹਾ ਤੋਂ ਤੇਰੀ ਵੀਡੀਓ ਬਣਾਈਏ